ਪਹਿਲੀ ਤਾਂ ਗੱਲ ਹੈ ਕਿ ਡਰਨ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਪ੍ਰਸ਼ਾਸਨ ਤੁਹਾਡੇ ਨਾਲ ਹੈ, ਗਵਰਨਮੈਂਟ ਤੁਹਾਡੇ ਨਾਲ ਹੈ। ਔਰ ਅੱਜ ਜੋ ਗੋਲੀ ਕਾਂਡ ਹੋਇਆ ਹੈ, ਇਹ ਹਜੇ ਤੱਕ ਕਨਫਰਮ ਨਹੀਂ ਹੋਇਆ ਕਿ ਕਿਸ ਵਜ੍ਹਾ ਕਰਕੇ ਜਾਂ ਫਿਰੌਤੀ ਕਰਕੇ ਜਾਂ ਕਿਸ ਵਜ੍ਹਾ ਕਰਕੇ ਗੋਲੀ ਚਲਾਈ, ਪਰ ਗੋਲੀ ਚਲਾਉਣ ਦਾ ਤਰੀਕੇ ਤੋਂ ਪਤਾ ਲੱਗਦਾ ਸੀਗਾ ਕਿ ਉਹ ਬੰਦੇ ਨੂੰ ਮਾਰਨ ਹੀ ਆਏ ਸੀਗੇ, ਕਿ ਅਗਰ ਗੋਲੀ ਲੱਗ ਜਾਂਦੀ ਤਾਂ ਉਹਨਾਂ ਦਾ ਬਹੁਤ ਜਾਨੀ ਜਿਹੜਾ ਨੁਕਸਾਨ ਹੋਣਾ ਸੀ, ਕਿਉਂਕਿ ਬਿਲਕੁਲ ਸਿਹਤ ਤੇ ਸਿਰ ਦੀ ਬੋਡੀ ਤੇ ਸਾਰੇ ਪਾਰਟ ਤੇ ਸਿਹਤ ਤੇ ਗੋਲੀ ਚਲਾਈ ਗਈ ਆ। ਔਰ ਜਿਹੜੀ ਗੋਲੀ ਦੂਸਰੀਆਂ ਦੁਕਾਨਾਂ ਦੇ ਜਿਹੜੇ ਸ਼ਟਰ ਨੇ ਉਹਨਾਂ ਦੇ ਵਿੱਚ ਜਾ ਲੱਗੀਆਂ। ਸਵੇਰੇ ਅਬਾਊਟ 7:19 ਦੇ ਇੱਕ ਸਾਡੇ ਸਤੀਸ਼ ਕੁਮਾਰ ਜੀ ਗੁਰੂਬਾ ਸਾਹਿਬ, ਉਹਨਾਂ ਦੇ ਫਾਇਰਿੰਗ ਹੋਈ ਹੈ, ਜਿਹਦੇ ਵਿੱਚ ਪੀਸ਼ ਕਰਦੇ ਪਏ ਹਾਂ, ਪ੍ਰੋਟੈਸਟ ਹੋ ਚੁੱਕਾ, ਕਾਫੀ ਪਾਰਟੀ ਬਣਾਈਆਂ ਹੋਈਆਂ ਜੋ ਟੈਕਨੀਕਲੀ ਤੇ ਹੋਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਸੈਰ ਕਰਦੇ ਸ਼ਖਸ ਤੇ ਚਲਾਈਆਂ ਤਾੜ ਤਾੜ ਗੋਲੀਆਂ, ਦੋ ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਤਾਂ ਦੱਸ ਦਈਏ ਕਿ ਸੈਰ ਕਰਨ ਜਾਂਦੇ ਇਸ ਸ਼ਖਸ ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀਆਂ ਨੇ। ਤਾਂ ਇਸ ਦੇ ਵਿੱਚ ਦੋ ਬਾਈਕ ਸਵਾਰ ਆਉਂਦੇ ਨੇ ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੂਰੀ ਵਾਰਦਾਤ ਇਹ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਗੋਲੀਆਂ ਇੱਕ ਵਿਧਾਇਕ ਦੇ ਦਫ਼ਤਰ ਦੇ ਸਾਹਮਣੇ ਚੱਲੀਆਂ ਨੇ। ਤਾਂ ਜਦੋਂ ਇਹ ਸ਼ਖਸ ਸੈਰ ਕਰਨ ਜਾ ਰਿਹਾ ਸੀ ਤਾਂ ਉਸ ਸਮੇਂ ਇਸ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਪਰ ਖੁਸ਼ਕਿਸਮਤੀ ਸੀ ਕਿ ਗੋਲੀ ਇਸ ਸ਼ਖਸ ਨੂੰ ਨਹੀਂ ਲੱਗਦੀ, ਪਿੱਛੇ ਜਾ ਕੇ ਇੱਕ ਸ਼ਟਰ ਤੇ ਲੱਗਦੀ ਹੈ, ਜਿਸ ਦੇ ਨਾਲ ਇਸ ਦੀ ਜਾਨ ਬਚ ਜਾਂਦੀ ਹੈ। ਤੇ ਗੋਲੀ ਸ਼ਟਰ ਨੂੰ ਚੀਰਦੀ ਹੋਈ ਸ਼ੀਸ਼ੇ ਦੇ ਵਿੱਚ ਜਾ ਵੱਜਦੀ ਹੈ, ਜਿਸ ਕਾਰਨ ਇਹ ਸ਼ੀਸ਼ਾ ਵੀ ਟੁੱਟ ਜਾਂਦਾ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਕੱਪੜੇ ਦਾ ਵਪਾਰੀ ਹੈ। ਤਾਂ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜੋ ਕਿ ਇਸ ਵਪਾਰੀ ਦੇ ਬਿਲਕੁਲ ਕੋਲ ਦੀ ਲੰਘਦੀਆਂ ਨੇ ਤੇ ਫਿਰ ਪਿੱਛੇ ਸ਼ਟਰ ਤੇ ਜਾ ਕੇ ਲੱਗਦੀਆਂ ਨੇ, ਜਿਸ ਕਾਰਨ ਇਹ ਵਪਾਰੀ ਹੇਠਾਂ ਡਿੱਗ ਜਾਂਦਾ ਹੈ ਤੇ ਦੋਨੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤੇ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਲੱਭਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਹਿਲੀ ਤਾਂ ਗੱਲ ਹੈ ਕਿ ਡਰਨ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਪ੍ਰਸ਼ਾਸਨ ਤੁਹਾਡੇ ਨਾਲ ਹੈ, ਗਵਰਨਮੈਂਟ ਤੁਹਾਡੇ ਨਾਲ ਹੈ। ਔਰ ਅੱਜ ਜੋ ਗੋਲੀ ਕਾਂਡ ਹੋਇਆ ਹੈ, ਇਹ ਹਜੇ ਤੱਕ ਕਨਫਰਮ ਨਹੀਂ ਹੋਇਆ ਕਿ ਕਿਸ ਵਜ੍ਹਾ ਕਰਕੇ ਜਾਂ ਫਿਰੌਤੀ ਕਰਕੇ ਜਾਂ ਕਿਸ ਵਜ੍ਹਾ ਕਰਕੇ ਗੋਲੀ ਚਲਾਈ, ਪਰ ਗੋਲੀ ਚਲਾਉਣ ਦਾ ਤਰੀਕੇ ਤੋਂ ਪਤਾ ਲੱਗਦਾ ਸੀਗਾ ਕਿ ਉਹ ਬੰਦੇ ਨੂੰ ਮਾਰਨ ਹੀ ਆਏ ਸੀਗੇ, ਕਿ ਅਗਰ ਗੋਲੀ ਲੱਗ ਜਾਂਦੀ ਤਾਂ ਉਹਨਾਂ ਦਾ ਬਹੁਤ ਜਾਨੀ ਜਿਹੜਾ ਨੁਕਸਾਨ ਹੋਣਾ ਸੀ, ਕਿਉਂਕਿ ਬਿਲਕੁਲ ਸਿਹਤ ਤੇ ਸਿਰ ਦੀ ਬੋਡੀ ਤੇ ਸਾਰੇ ਪਾਰਟਸ ਤੇ ਸਿਹਤ ਤੇ ਗੋਲੀ ਚਲਾਈ ਗਈ ਆ। ਔਰ ਜਿਹੜੀ ਗੋਲੀ ਦੂਸਰੀਆਂ ਦੁਕਾਨਾਂ ਦੇ ਜਿਹੜੇ ਸ਼ਟਰ ਨੇ ਉਹਨਾਂ ਦੇ ਵਿੱਚ ਜਾ ਲੱਗੀਆਂ। ਸਵੇਰੇ ਅਬਾਊਟ 7:19 ਦੇ ਇੱਕ ਸਾਡੇ ਸਤੀਸ਼ ਕੁਮਾਰ ਜੀ ਗੁਰੂਬਾ ਸਾਹਿਬ, ਉਹਨਾਂ ਦੇ ਫਾਇਰਿੰਗ ਹੋਈ ਹੈ, ਜਿਹਦੇ ਵਿੱਚ ਪੀਸ਼ ਕਰਦੇ ਪਏ ਹਾਂ, ਪ੍ਰੋਟੈਸਟ ਹੋ ਚੁੱਕਾ, ਕਾਫੀ ਪਾਰਟੀ ਬਣਾਈਆਂ ਹੋਈਆਂ ਜੋ ਟੈਕਨੀਕਲੀ ਤੇ ਹੋਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਸੈਰ ਕਰਦੇ ਸ਼ਖਸ ਤੇ ਚਲਾਈਆਂ ਤਾੜ ਤਾੜ ਗੋਲੀਆਂ, ਦੋ ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਤਾਂ ਦੱਸ ਦਈਏ ਕਿ ਸੈਰ ਕਰਨ ਜਾਂਦੇ ਇਸ ਸ਼ਖਸ ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀਆਂ ਨੇ। ਤਾਂ ਇਸ ਦੇ ਵਿੱਚ ਦੋ ਬਾਈਕ ਸਵਾਰ ਆਉਂਦੇ ਨੇ ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੂਰੀ ਵਾਰਦਾਤ ਇਹ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਗੋਲੀਆਂ ਇੱਕ ਵਿਧਾਇਕ ਦੇ ਦਫ਼ਤਰ ਦੇ ਸਾਹਮਣੇ ਚੱਲੀਆਂ ਨੇ। ਤਾਂ ਜਦੋਂ ਇਹ ਸ਼ਖਸ ਸੈਰ ਕਰਨ ਜਾ ਰਿਹਾ ਸੀ ਤਾਂ ਉਸ ਸਮੇਂ ਇਸ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ,
ਪਰ ਖੁਸ਼ਕਿਸਮਤੀ ਸੀ ਕਿ ਗੋਲੀ ਇਸ ਸ਼ਖਸ ਨੂੰ ਨਹੀਂ ਲੱਗਦੀ, ਪਿੱਛੇ ਜਾ ਕੇ ਇੱਕ ਸ਼ਟਰ 'ਤੇ ਲੱਗਦੀ ਹੈ ਜਿਸ ਦੇ ਨਾਲ ਇਸ ਦੀ ਜਾਨ ਬਚ ਜਾਂਦੀ ਹੈ ਅਤੇ ਗੋਲੀ ਸ਼ਟਰ ਨੂੰ ਚੀਰਦੀ ਹੋਈ ਸ਼ੀਸ਼ੇ ਦੇ ਵਿੱਚ ਜਾ ਵੱਜਦੀ ਹੈ ਜਿਸ ਕਾਰਨ ਸ਼ੀਸ਼ਾ ਵੀ ਟੁੱਟ ਜਾਂਦਾ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਕੱਪੜੇ ਦਾ ਵਪਾਰੀ ਹੈ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ ਅਤੇ ਪੁਲਿਸ ਦੇ ਵੱਲੋਂ CCTV ਦੇ ਆਧਾਰ 'ਤੇ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜੋ ਕਿ ਇਸ ਵਪਾਰੀ ਦੇ ਬਿਲਕੁਲ ਕੋਲ ਦੀ ਲੰਘਦੀਆਂ ਨੇ ਅਤੇ ਫਿਰ ਪਿੱਛੇ ਸ਼ਟਰ 'ਤੇ ਜਾ ਕੇ ਲੱਗਦੀਆਂ ਨੇ ਜਿਸ ਕਾਰਨ ਵਪਾਰੀ ਹੇਠਾਂ ਡਿੱਗ ਜਾਂਦਾ ਹੈ ਅਤੇ ਦੋਨੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਲੱਭਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ।